ਅਧਿਆਪਕ ਸਾਥੀਓ ਅਤੇ ਪਿਆਰੇ ਬੱਚਿਓ ਪੈਸ ਟੈਸਟ ਸਤੰਬਰ 2020 ਦੇ ਸੰਬੰਧ ਵਿੱਚ ਆ ਰਹੀਆਂ ਪ੍ਰੋਬਲਮਾਂ ਦੇ ਰਿਗਾਰਡਿੰਗ ਪੁੱਛੇ ਗਏ ਸਵਾਲਾਂ ਦੇ ਜਵਾਬ ਸਵਾਲ ਜਿਸ ਦਿਨ ਕਿਸੇ ਵਿਸ਼ੇ ਦਾ ਪੇਪਰ ਹੋਵੇਗਾ ਕਿ ਉਸ ਦਿਨ ਸ਼ਾਮ ਨੂੰ Google ਫਾਰਮ ਦਾ ਲਿੰਕ ਬੰਦ ਹੋ ਜਾਵੇਗਾ ਨਹੀਂ ਇੱਕ ਪੇਪਰ ਨੂੰ ਹੱਲ ਕਰਨ ਲਈ 48 ਘੰਟੇ ਦਾ ਸਮਾਂ ਦਿੱਤਾ ਜਾਵੇਗਾ ਸੋ ਤੋਂ ਉਪਰੰਤ Google ਫਾਰਮ ਦਾ ਲਿੰਕ ਬੰਦ ਹੋ ਜਾਵੇਗਾ ਸਵਾਲ ਜੇਕਰ ਕਿਸੇ ਬੱਚੇ ਕੋਲ smartphone ਨਹੀਂ ਤਾਂ ਉਹ ਇਹ ਪੇਪਰ ਕਿਵੇਂ ਹੱਲ ਕਰੇਗਾ ਇਸ ਲਈ ਬੱਚਾ ਆਪਣੇ ਬੜੀ ਗਰੁੱਪ ਵਿੱਚ ਜਿਸ ਕੋਲ smartphone ਹੈ ਉਸ ਦੀ ਸਹਾਇਤਾ ਲੈ ਸਕਦਾ ਹੈ ਇਸ ਤੋਂ ਇਲਾਵਾ ਅਧਿਆਪਕ ਫੋਨ ਕਰਕੇ ਵੀ ਬੱਚੇ ਦੇ ਰਿਸਪਾਂਸ ਪੁੱਛ ਕੇ ਆਪਣੇ ਫੋਨ ਤੋਂ Google ਫਾਰਮ ਭਰ ਸਕਦੇ ਹਨ ਸੁਭਾਨ ਅੰਗਰੇਜ਼ੀ ਅਤੇ ਹਿੰਦੀ ਮੀਡੀਅਮ ਵਾਲੇ ਬੱਚਿਆਂ ਲਈ ਕੀ ਵੱਖਰੇ ਪ੍ਰਸ਼ਨ ਪੱਤਰ ਆਉਣਗੇ? ਹਾਂਜੀ। ਪੈਸ ਤੇ ਪ੍ਰਸ਼ਨ ਪੱਤਰ ਤਿੰਨੋਂ ਮੀਡੀਅਮ ਵਿੱਚ ਹੀ ਭੇਜੇ ਜਾ ਰਹੇ ਹਨ। ਵਿਦਿਆਰਥੀ ਆਪਣੀ ਸੁਵਿਧਾ ਮੁਤਾਬਿਕ ਕਿਸੇ ਵੀ ਮੀਡੀਅਮ ਵਿੱਚ ਕਰ ਸਕਦਾ ਹੈ। ਸਵਾਲ ਕੀ ਸਟੇਟ ਦਫ਼ਤਰ ਵੱਲੋਂ ਭੇਜੇ ਲਿੰਕਾਂ ਨੂੰ ਸਕੂਲ ਆਪਣੇ ਪੱਧਰ ਤੇ ਤੋੜ ਕੇ ਜਮਾਤ ਅਨੁਸਾਰ ਭੇਜ ਸਕਦਾ ਹੈ? ਹਾਂਜੀ। ਬਿਲਕੁਲ ਸਕੂਲ ਆਪਣੇ ਪੱਧਰ ਤੇ ਆਪਣੀ ਸਹੂਲियत ਅਨੁਸਾਰ ਜਮਾਤ ਨੂੰ ਇਸ ਤਰ੍ਹਾਂ ਕਰਕੇ ਭੇਜ ਸਕਦਾ ਹੈ ਪਰ ਪ੍ਰਸ਼ਨਾਂ ਨਾਲ ਕੋਈ ਛੇੜਛਾੜ ਨਹੀਂ ਕਰ ਸਕਦਾ ਕਦੇ-ਕਦੇ ਦੋ ਬੱਚਿਆਂ ਦੇ ਨਾਮ ਦੇ ਸਾਹਮਣੇ ਇੱਕੋ ਆਈਡੀ ਸ਼ੋ ਹੁੰਦੀ ਹੈ ਅਜਿਹਾ ਕਿਉਂ ਹੁੰਦਾ ਹੈ ਕਈ ਵਾਰ ਬੱਚੇ ਆਪਣੀ ਆਈਡੀ ਭੁੱਲ ਜਾਂਦੇ ਹਨ ਅਤੇ ਉਹ ਗਲਤੀ ਨਾਲ ਕਿਸੇ ਹੋਰ ਦੀ ਆਈਡੀ ਭਰ ਦਿੰਦੇ ਹਨ ਅਤੇ ਅਧਿਆਪਕਾਂ ਨੂੰ ਲੱਗਦਾ ਹੈ ਕਿ ਬੱਚੇ ਇੱਕੋ ਆਈਡੀ 'ਚ ਦੋ ਬੱਚੇ ਸ਼ੋ ਹੋ ਰਹੇ ਹਨ ਸਵਾਲ ਬੱਚਿਆਂ ਦੀ ਪੈਸ ਵਿੱਚ ਜਿਆਦਾ ਭਾਗੀਦਾਰੀ ਲਈ ਅਧਿਆਪਕਾਂ ਨੂੰ ਕੀ ਕਰਨਾ ਚਾਹੀਦਾ ਹੈ ਬੱਚਿਆਂ ਦੇ ਬੜੀ ਗਰੁੱਪ ਬਣਾਉਣੇ ਚਾਹੀਦੇ ਹਨ ਆਡੀਓ ਮੈਸੇਜਸ ਭਾਕੇ ਬੱਚਿਆਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਵਿਦਿਆਰਥੀਆਂ ਦੇ ਮਾਤਾ ਪਿਤਾ ਭੈਣ ਭਰਾ ਰਿਸ਼ਤੇਦਾਰ ਐਸ ਐਮ ਸੀ ਮੈਂਬਰਸ ਤੋਂ ਮਦਦ ਲੈਣੀ ਚਾਹੀਦੀ ਹੈ ਸਵਾਲ ਵਿਦਿਆਰਥੀਆਂ ਨੂੰ ਪੇਪਰ ਸਬਮਿਟ ਕਰਨ ਤੋਂ ਬਾਅਦ ਸਕੋਰ ਕਰੈਕਟ ਅਨਸਰ ਨਹੀਂ ਸ਼ੋ ਹੋ ਰਹੇ ਕਿਉਂ ਇਸ ਵਾਰ प्यारे बच्चों सही उत्तर ਅਤੇ ਪ੍ਰਾਪਤ ਅੰਕ ਦੇਖਣ ਦੀ অপਸ਼ਨ ਨਹੀਂ ਦਿੱਤੀ ਗਈ ਹੈ ਵਿਦਿਆਰਥੀਆਂ ਨੂੰ ਅੰਕ ਪੇਪਰ ਦਾ ਲਿੰਕ ਬੰਦ ਹੋਣ ਦੇ ਬਾਅਦ ਵਿੱਚ ਭੇਜੇ ਜਾਣਗੇ ਇੱਕ ਬਹੁਤ ਹੀ ਮਹੱਤਵਪੂਰਨ ਸਵਾਲ ਜੋ ਵਿਦਿਆਰਥੀਆਂ ਦੀ ਪਾਰਟਿਸਪੇਸ਼ਨ ਸ਼ੀਟ ਭੇਜੀ ਜਾ ਰਹੀ ਹੈ ਉਹਨਾਂ ਵਿੱਚੋਂ ਕੁਝ ਵਿਦਿਆਰਥੀਆਂ ਨੇ ਆਪਣਾ ਪਾਰਟਿਸਪੇਸ਼ਨ ਦਾ ਸਕਰੀਨਸ਼ਾਟ ਵੀ ਟੀਚਰਜ਼ ਨੂੰ ਭੇਜਿਆ ਹੈ ਪਰ ਉਹ ਵੀ ਐਬਸੈਂਟ ਸ਼ੋ ਹੋ ਰਹੇ ਹਨ ਕਿਉਂ ਇਸ ਦਾ ਕਾਰਨ ਹੈ ਰੀਪੋਰਟ ਜਨਰੇਟ ਕਰਨ ਦਾ ਸਮਾਂ ਰੋਂਗ ਸਟੂਡੈਂਟ ਆਈਡੀ ਫਾਰਮ ਨਾਟ ਸਬਮਿਟਡ ਸਲੋ ਇੰਟਰਨੈਟ ਸਰਵਰ ਪ੍ਰੋਬਲਮ ਇਹ ਸਾਰੇ ਕਾਰਨਾ ਕਰਕੇ ਵੀ ਸਾਡਾ ਫਾਰਮ ਜਿਹੜਾ ਹੈ ਉਹ ਸਹੀ ਤਰੀਕੇ ਨਾਲ ਸਬਮਿਟ ਨਹੀਂ ਹੋ ਰਿਹਾ ਸੋ ਪਿਆਰੇ ਬੱਚਿਓ ਘਬਰਾਉਣਾ ਨਹੀਂ ਹੈ ਆਪਾਂ ਪੈਸ 2000 B ਨੂੰ ਸਫਲ ਬਣਾਉਣਾ ਹੈ ਥੈਂਕ ਯੂ